ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Let's Learn With Harpreet ਸੋ ਅੱਜ ਅਸੀਂ ਕਰਾਂਗੇ ਐਕਸਰਸਾਈਜ਼ 1.1 NCERT ਦਾ ਕੁਐਸਚਨ ਨੰਬਰ 4 ਚੈਪਟਰ ਹੈ ਸਾਡਾ ਰੀਅਲ ਨੰਬਰਸ ਰੀਅਲ ਨੰਬਰਸ ਦੇ ਰਿਗਾਰਡਿੰਗ ਅਸੀਂ 4 ਵੀਡੀਓ ਅਪਲੋਡ ਕਰ ਚੁੱਕੇ ਹਾਂ ਉਹਨਾਂ ਵੀਡੀਓਜ਼ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਸੋ ਪਲੀਜ਼ ਤੁਸੀਂ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਣਾ ਸੋ ਕਰਦੇ ਹਾਂ ਅਸੀਂ ਕੁਐਸਚਨ ਨੰਬਰ 4 ਕੁਐਸਚਨ ਨੰਬਰ 4 ਦੀ ਤਾਨੂੰ ਕੀ ਕਹਿੰਦਾ ਹੈ ਕੁਐਸਚਨ ਕੀ ਕਿਹਾ ਹੋਇਆ ਕੁਐਸਚਨ ਦੇ ਵਿੱਚ ਕਹਿੰਦੇ ਯੂਜ਼ ਯੂਕਲਿਡੀਅਸ ਡਿਵੀਜ਼ਨ ਲੈਮਾ ਟੂ ਸ਼ੋ ਦੈਟ ਟੂ ਸ਼ੋ ਦੈਟ தி ਸਕੁਅਰ ਆਫ ਐਨੀ ਪੋਜ਼ਿਟਿਵ ਇੰਟੀਜਰ ਇਜ਼ ਆਈਦਰ ਆਫ ਦੀ ਫਾਰਮ 3m ਔਰ 3m+1 ਫਾਰ ਸਮ ਇੰਟੀਜਰ m ਕਹਿੰਦੇ ਕਿ ਯੂਕਲਿਡੀਅਸ ਡਿਵੀਜ਼ਨ ਲੈਮੇ ਨੂੰ ਲਗਾ ਕੇ ਯੂਜ਼ ਕਰਕੇ ਤੁਸੀਂ ਸ਼ੋ ਕਰਨਾ ਕਿ ਸਕੁਅਰ ਕਿਹੇ ਵੀ ਪੋਜ਼ਿਟਿਵ ਇੰਟੀਜਰ ਦਾ ਤੁਸੀਂ ਸਕੁਅਰ ਲੈ ਲਓ ਕਿਸੇ ਵੀ ਪੋਜ਼ਿਟਿਵ ਇੰਟੀਜਰ ਦਾ ਤੁਸੀਂ ਸਕੁਅਰ ਲੈ ਲਓ ਜਾਂ ਤੇ ਉਹ 3m ਫਾਰਮ ਦਾ ਹੋਊਗਾ ਜਾਂ 3m 1 ਫਾਰਮ ਦਾ ਹੋਊਗਾ ਠੀਕ ਹੈ ਸਕੁਅਰ ਸਕੁਅਰ ਲੈਣਾ ਕਿਸੇ ਵੀ ਪੋਜ਼ਿਟਿਵ ਇੰਟੀਜਰ ਦਾ ਫੋਰ ਐਗਜ਼ਾਮਪਲ ਮੈਂ ਪੋਜ਼ਿਟਿਵ ਇੰਟੀਜਰ ਲੈ ਲਿਆ 2 ਠੀਕ ਹੈ ਮੈਂ ਇਹ ਇੱਕ ਐਗਜ਼ਾਮਪਲ ਦੇ ਥਰੂ ਤੁਹਾਨੂੰ ਸਮਝਾ ਰਹੀ ਹਾਂ ਬਟ ਅਸੀਂ ਇਹਨੂੰ ਕੀ ਕਰਨਾ ਜੁਕਲੀਡੀਅਸ ਡਿਵੀਜ਼ਨ ਐਮਾ ਲਗਾ ਕੇ ਪ੍ਰੂਫ ਕਰਨਾ ਹੈ ਬਾਏ ਜਰਨਲੀ ਠੀਕ ਹੈ ਮੈਂ ਇੱਕ ਕੋਈ ਵੀ ਇੱਕ ਪੋਜ਼ਿਟਿਵ ਇੰਟੀਜਰ ਲੈ ਲਿਆ 2 ਇਹਦਾ ਸਕੁਅਰ ਕੀਤਾ 4 ਠੀਕ ਹੈ ਹੁਣ ਡਿਵਾਈਡ ਕਿਹਦੇ ਨਾਲ ਕਰਨਾ ਇਹ ਤੁਹਾਨੂੰ ਇੱਥੋਂ ਪਤਾ ਲੱਗਣਗਾ ਕਿ ਡਿਵਾਈਡ ਕਿਹਦੇ ਨਾਲ ਕਰਨਾ ਕਿਉਂਕਿ ਯੂਕਲਿਡੀਅਸ ਡਿਵੀਜ਼ਨ ਲੈਮਾ ਦੀ ਉਹ ਯੂਕਲਿਡੀਅਸ ਡਿਵੀਜ਼ਨ ਜਿਹੜਾ ਲੈਮਾ ਉਹਦੀ ਫਾਰਮ ਬਣਦੀ ਹੈ bq+r ਜਦੋਂ ਕਿਸੇ ਇੱਕ ਨੰਬਰ ਨੂੰ ਅਸੀਂ ਡਿਵਾਈਡ ਕਰਦੇ ਹਾਂ ਕਿਸੇ ਦੂਸਰੇ ਨੰਬਰ ਨਾਲ a a ਨੂੰ ਜਦੋਂ ਅਸੀਂ ਡਿਵਾਈਡ ਕਰਦੇ ਹਾਂ b ਨਾਲ ਤਾਂ ਕਿਹੜੀ q ਕੁਸ਼ੈਂਟ ਹੋਏ ਰਿਮੇਂਡਰ r ਹੋਏ ਤਾਂ ਕਿਹੜੀ ਫਾਰਮ ਬਣਦੀ ਹੈ ਕਿਹੜੀ ਕੰਡੀਸ਼ਨ ਬਣ ਜਾਂਦੀ ਹੈ ਉਹ ਤੋਂ a bq+r ਇਹ ਉਸ ਫਾਰਮ ਦਾ ਨਹੀਂ ਆਂਡਿਆ ਤੇ b ਦੀ ਵੈਲੀ ਇੱਥੋਂ ਕੀ ਆਂਡੀ ਹੈ 3 ਠੀਕ ਹੈ ਇਹਦਾ ਮਤਲਬ ਕੋਈ ਇੱਕ ਅਸੀਂ ਨੰਬਰ ਚੁੱਕਿਆ ਪੋਜ਼ਿਟਿਵ ਇੰਟੀਜਰ ਚੁੱਕਿਆ ਠੀਕ ਹੈ ਉਸ ਇੰਟੀਜਰ ਦਾ ਕਹਿੰਦੇ ਸਕੁਅਰ ਕਰੋ ਸਕੁਅਰ ਆਫ ਉਹਦਾ ਕੀ ਆ ਗਿਆ 4 ਉਹਨੂੰ ਕਹਿੰਦੇ 3 ਨਾਲ ਡਿਵਾਈਡ ਕਰੋ 3 ਨਾਲ ਡਿਵਾਈਡ ਕੀਤਾ ਰਿਮੇਂਡਰ ਕੀ ਆ ਗਿਆ 1 ਕਹਿੰਦੇ じゃあ ਤੇ ਉਹ ਕੀ ਹੋਊਗਾ ਰਿਮੇਂਡਰ ਉਹਦਾ 1 ਇਹ ਰਿਮੇਂਡਰ ਹੁੰਦਾ ਨਾ b^3 r ਇਹ ਕਿਹੜੀ ਫਾਰਮ ਦਾ ਹੈ b^3 r ਜੇ ਤੁਸੀਂ 3 ਨਾਲ ਡਿਵਾਈਡ ਕਰੋਗੇ ਕਿਸੇ ਵੀ ਇੰਟੀਜਰ ਤੇ ਸਕੁਅਰ ਨੂੰ ਕੋਈ ਵੀ ਇੱਕ ਨੰਬਰ ਆ ਇੰਟੀਜਰ ਆ ਉਦੇ ਸਕੁਅਰ ਨੂੰ ਕਿਸੇ ਵੀ ਕਿਸੇ ਵੀ ਤੁਸੀਂ 3 ਨਾਲ ਡਿਵਾਈਡ ਕਰੋਗੇ ਸਕੁਅਰ ਆਫ ਐਨੀ ਇੰਟੀਜਰ ਇਜ਼ ਡਿਵਾਈਡਡ ਬਾਈ 3 ਤੇ ਰਿਮੇਂਡਰ ਜਿਹੜਾ ਤੁਹਾਡਾ ਜਾਂ ਤੇ ਕੀ ਹੋਊਗਾ 1 3m 1 ਯਾਨੀ ਕਿ 3m 0 ਫਾਰਮ ਦਾ ਜਾਂ ਤੇ ਉਹ 0 ਹੋਊਗਾ ਇੱਕ ਨੈਕਸਟ ਹੋਰ ਨੰਬਰ ਲੈ ਲੋ 3 3 ਦਾ ਸਕੁਅਰ ਕੀਤਾ 9 ਸਕੁਅਰ ਕੀਤਾ 3 ਦਾ ਸੌਰੀ 3 ਦਾ ਸਕੁਅਰ ਕੀਤਾ ਕਿੰਨਾ ਹੋ ਗਿਆ 3 3 9a ਇੱਕ ਨੰਬਰ ਲੈ ਆ 33 ਦਾ ਸਕੁਅਰ ਕਿਤਾ 99 ਨੂੰ 3 ਨਾਲ ਡਿਵਾਈਡ ਕਰੋਗੇ ਰਿਮੇਂਡਰ ਤੁਹਾਡਾ ਕਿੰਨਾ ਆ ਗਿਆ 0 ਠੀਕ ਹੈ ਕੋਈ ਹੋਰ ਨੰਬਰ ਵੀ ਲੈ ਲਓ ਠੀਕ ਹੈ ਜਿੱਦਾਂ ਤੁਸੀਂ ਇਦਾਂ ਨੰਬਰ ਲੈਂਦੇ ਜਾਓਗੇ ਲੈਂਦੇ ਜਾਓਗੇ ਤੇ ਤੁਹਾਡਾ ਜਿਹੜਾ ਰਿਮੇਂਡਰ ਆ ਜਾਂ ਤੇ ਉਹ 0 ਫਾਰਮ ਦਾ ਹੋਗਾ ਤੇ ਜਾਂ 1 ਫਾਰਮ ਦਾ ਹੋਗਾ ਇਹ ਅਸੀਂ ਪ੍ਰੂਫ ਕਰਨਾ ਠੀਕ ਹੈ ਸੋ ਇਹਦੇ ਲਈ ਤੁਸੀਂ ਇਹਨੂੰ ਅਸੀਂ ਕੀ ਇੱਕ ਥਿਊਰਮ ਦੀ ਥਿਊਰਮ ਟਾਈਪ ਸਿੱਧਾ ਇਹ ਪ੍ਰੂਫ ਕਰਨਾ ਹੈ ਤੇ ਇਸ ਲਈ ਫਿਰ ਅਸੀਂ ਲੈਟ ਕਰ ਲੈਣੇ ਹੋਣੇ ਲੈਟ a ਵੀ ਐਨੀ ਪੋਜ਼ਿਟਿਵ ਇੰਟੀਜਰ ਕੋਈ ਇਹ a ਪੋਜ਼ਿਟਿਵ ਇੰਟੀਜਰ ਹੈ ਬਟ b 기ਵਨ ਹੈ ਕਿ ਕਿਹਦੇ ਨਾਲ ਤੁਸੀਂ ਡਿਵਾਈਡ ਕਰਨਾ b ਕੀ 기ਵਨ ਹੈ 3 ਨਾਲ ਡਿਵਾਈਡ ਕਰਨਾ ਜੇ ਕੋਈ ਪੋਜ਼ਿਟਿਵ ਇੰਟੀਜਰ ਅਸੀਂ ਲਿਆ a a ਨੂੰ ਅਸੀਂ ਡਿਵਾਈਡ ਕੀਤਾ 3 ਨਾਲ ਕਿ ਕਿਉ ਸਾਡਾ ਕੁਸ਼ੀਐਂਟ ਹੈ ਤੇ ਆਰ ਸਾਡਾ ਰਿਮੇਂਡਰ ਹੈ ਦੈਨ ਯੂਕਲਿਡੀਅਸ ਡਿਵੀਜ਼ਨ ਐਲਗੋਰਿਦਮ ਕੀ ਕਹਿੰਦਾ ਸਾਨੂੰ ਕਿ ਉਹ ਜਿਹੜਾ ਆ ਜੂਈਡੀਜ਼ ਡਿਵੀਜ਼ਨ ਲੈਮਾ ਕੀ ਕਹਿੰਦਾ ਸਾਨੂੰ a ਕੀ ਹੋਏਗਾ 3q r ਫਾਰਮ ਦਾ ਠੀਕ ਹੈ ਬਟ ਉਹਨਾਂ ਨੇ ਕਿਹਾ ਉਹ ਨੰਬਰ ਨਹੀਂ ਉਹ ਨੰਬਰ ਦਾ ਸਕੁਅਰ ਇਹ ਇਹ ਤੁਸੀਂ ਨੰਬਰ ਲੈ ਲਿਆ ਠੀਕ ਹੈ ਫਿਰ ਉਹ ਨੰਬਰ ਦੇ ਸਕੁਅਰ ਨੂੰ ਡਿਵਾਈਡ ਕਰਨਾ ਹੈ ਅਗਰ a ਨੰਬਰ ਲਿਆ ਉਹਦਾ ਸਕੁਅਰ ਕੀ ਹੋ ਜਾਣਾ a² ਬਟ ਡਿਵਾਈਡ ਉਹਨੂੰ ਕਿਹਦੇ ਨਾਲ ਕਰਨਾ 3 ਨਾਲ ਹੀ ਠੀਕ ਹੈ देयरफॉर ਅਸੀਂ ਯੂਕਲਿਡਿਅਸ ਡਿਵੀਜ਼ਨ ਨਿਮਾ ਲਗਾਵਾਂਗੇ ਇੱਥੇ ਯੂਕਲਿਡਿਅਸ ਡਿਵੀਜ਼ਨ ਨਿਮਾ ਕੀ ਕਹਿੰਦਾ ਜੇ ਕਿਸੇ ਨੰਬਰ ਨੂੰ ਤੁਸੀਂ 3 ਇੱਥੇ 3 ਨਾਲ کیا ਹੋਇਆ 3 ਨਾਲ ਡਿਵਾਈਡ ਕਰੋ ਕਯੂ ਕੁਸ਼ੈਂਟ ਆਉਂਦਾ ਆਰ ਸਾਡਾ ਰਿਮੇਂਡਰ ਆਉਂਦਾ ਇੱਥੇ ਉਹਨਾਂ ਨੇ ਐਮ کیا ਹੋਇਆ ਤੇ ਕੁਸ਼ੈਂਟ ਨੂੰ ਅਸੀਂ ਐਮ ਨਾਲ ਵੀ ਲਿਖ ਸਕਦੇ ਹਾਂ ਕਿਉਂਕਿ ਇਹ ਇੱਕ ਇੰਟੀਗਰਲ ਵੈਲਿਊ ਹੀ ਆਣੀ ਆ ਠੀਕ ਆ ਤੇ ਇਸ ਨੂੰ ਅਸੀਂ ਐਮ ਵੀ ਲਿਖ ਸਕਦੇ ਹਾਂ ਕੁਸ਼ ਕੁਸ਼ੈਂਟ ਨੂੰ ਅਸੀਂ ਕੀ ਲੈ ਲਿਆ ਐਮ ਇਹਦਾ ਮਤਲਬ a² ਕਿਹਦੇ ਇਕੁਅਲ ਆਊਗਾ 3 m ਠੀਕ ਹੈ ਡਿਵਾਈਜ਼ਰ ਕੁਸ਼ੈਂਟ ਰਿਮੇਂਡਰ r ਠੀਕ ਹੈ ਠੀਕ ਹੈ ਰਿਮੇਂਡਰ ਕੀ ਆ ਗਿਆ ਸਾਡਾ r ਆ ਜਾ ਗਿਆ ਤੇ r ਜਿਹੜਾ ਸਾਡਾ ਜਾਂ ਤੇ ਕੀ ਹੋਏਗਾ 0 ਤੇ ਜਾਂ ਕੀ ਹੋਏਗਾ ਸਾਡਾ 1 ਹੋਊਗਾ ਠੀਕ ਹੈ a² ਯਾਨੀ ਕਿ ਜਿਹਦੇ ਵਿੱਚ ਰਿਮਾਈਂਡਰ ਜਾਂ ਤਾਂ ਸਾਡਾ 0 ਆਣਾ ਤੇ ਜਾਂ ਸਾਡਾ ਰਿਮਾਈਂਡਰ ਕੀ ਆਣਾ 1 ਆਣਾ ਯਾਨੀ ਕਿ ਜਿਹੜੇ ਸਾਡੇ ਦੋਨੇ ਦੇ ਦੋਨੋਂ ਵੈਲਿਊਜ਼ ਹੋਣਗੀਆਂ ਕਿਉਂਕਿ ਹੋਣਗੀਆਂ 3m অর 3m 1 ਫਾਰਮ ਦੀਆਂ ਹੋਣਗੀਆਂ ਠੀਕ ਹੈ ਇਹ ਤੇ ਇੱਕ ਮੈਥਡ ਹੈ ਚਾਹੇ ਤੁਸੀਂ ਇਦਾਂ ਸੋਲਵ ਕਰ ਲਓ ਨਹੀਂ ਤੇ ਇੱਕ ਹੋਰ ਫਰਦਰ ਮੈਥਡ ਹੈ ਅਗਰ ਤੁਸੀਂ ਉਹ ਸੋਲਵ ਕਰਨਾ ਹੈ ਦੈਨ ਨੈਕਸਟ ਵੀਡੀਓਜ਼ ਦੇ ਵਿੱਚ ਮੈਂ ਉਹ ਵੀ ਮੈਥਡ ਕਰਵਾ ਦਾਂਗੀ ਠੀਕ ਹੈ ਆਈ ਹੋਪ ਤੁਹਾਨੂੰ ਇਹ ਜਿਹੜੀ ਚੀਜ਼ ਹੈ ਕਲੀਅਰ ਹੋ ਗਈ ਹੋਈ ਥੈਂਕਸ ਫॉर ਵਾਚਿੰਗ ਪਲੀਜ਼ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ आवर ਚੈਨਲ